देख लो अजकल दा फर्जी इश्क, देखो अपने आशिक दे इश्क दे विच पागल हुई दो बच्चिया दी मां, मुस्लिम लड़के दे नाल देखो किवें घर तों ही भज्जी। खबर नूं कर दो वध तों वध शेयर तां जो हर किसे नूं हो सके जानकारी कि की ने पंजाब दे हालात ते किवें हो रहे ने नौजवान ते कुड़ियां इश्क दे विच। ਤੁਸੀਂ ਵੇਖ ਰਹੇ ਹੋ ਤਾਂ ਟੀਵੀ ਐਨ ਆਰ ਆਈ, ਮੈਂ ਹਾਂ ਗਰਮ। ਗੱਲ ਕਰ ਲਈ ਹੈ ਕਿ ਅੱਜ ਕੱਲ੍ਹ ਪੰਜਾਬ ਦੇ ਹਾਲਾਤ ਕੁਛ ਸਹੀ ਨਹੀਂ ਹੈ। ਉੱਥੇ ਹੀ ਪੰਜਾਬ ਦੇ ਵਿੱਚ ਅੱਜ ਕੱਲ੍ਹ ਨਵਾਂ ਹੀ ਬਿਮਾਰੀ ਚੱਲੀ ਹੈ, ਉਹ ਹੈ ਆਸ਼ਕੀ ਦੀ। ਇਸ ਆਸ਼ਕੀ ਦੀ ਬਿਮਾਰੀ ਦੇ ਵਿੱਚ ਲੋਕ ਇਸ਼ਕ ਦੇ ਵਿੱਚ ਅੰਨੇ ਇਸ ਕਦਰ ਹੋ ਜਾਂਦੇ ਨੇ ਕਿ ਆਪਣੀਆਂ ਕਦਰਾਂ ਕੀਮਤਾਂ ਦੇ ਰਿਸ਼ਤੇ ਤੱਕ ਭੁੱਲ ਜਾਂਦੇ ਨੇ। ਜੀ ਹਾਂ, ਤਾਜ਼ਾ ਮਾਮਲਾ ਵੀ ਸਭ ਨੂੰ ਹੈਰਾਨ ਕਰਨ ਵਾਲਾ ਹੈ ਕਿ ਅੱਜ ਕੱਲ੍ਹ ਨੌਜਵਾਨ ਕਿਸ ਰਾਹੀ ਪਏ ਨੇ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਤਾਜ਼ੇ ਮਾਮਲੇ ਦੇ ਵਿੱਚ ਇੱਕ ਲੜਕੀ ਇਸ਼ਕ ਦੇ ਵਿੱਚ ਅੰਨੀ ਹੋ ਕੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਛੱਡਣ ਲਈ ਵੀ ਤਿਆਰ ਹੈ। ਜੀਆਂ, ਇੱਕ ਮਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਮਾਂ ਆਪਣੇ ਬੱਚਿਆਂ ਦੇ ਖਾਤਰ ਜ਼ਿੰਦਗੀ ਕੁਰਬਾਨ ਕਰ ਦਿੰਦੀ ਹੈ, ਪਰ ਕਲਯੁਗ ਦੀ ਐਸੀ ਮਾਂ ਕੀ ਹੁਣ ਮਾਵਾਂ ਇਸ਼ਕ ਦੇ ਖਾਤਰ ਬੱਚਿਆਂ ਨੂੰ ਕੁਰਬਾਨ ਕਰ ਦਿੰਦੀ ਹੈ ਤੇ ਇਸ਼ਕ ਦੇ ਵਿੱਚ ਇੰਨੇ ਕੁ ਅੰਨੇ ਹੋ ਜਾਂਦੇ ਨੇ ਲੋਕ ਕਿ ਆਪਣੇ ਮਾਸੂਮ ਬੱਚੇ ਤੇ ਪਰਿਵਾਰ ਤੱਕ ਛੱਡਣ ਲਈ ਤਿਆਰ ਹੋ ਜਾਂਦੇ ਨੇ ਤੇ ਫਰਾਰ ਹੋ ਜਾਂਦੇ ਨੇ। ਜੀ ਹਾਂ, ਲੁਧਿਆਣਾ ਦਾ ਇਹ ਤਾਜ਼ਾ ਮਾਮਲਾ ਦੱਸਿਆ ਜਾਂਦਾ ਜਿੱਥੇ ਇਸ਼ਕ ਦੇ ਵਿੱਚ ਅੰਨੀ ਹੋਈ ਮਾਂ ਦੋ ਮਾਸੂਮ ਬੱਚਿਆਂ ਨੂੰ ਛੱਡ ਕੇ ਇੱਕ ਮੁਸਲਿਮ ਲੜਕੇ ਦੇ ਨਾਲ ਫਰਾਰ ਹੋਣ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਹੀ ਰੇਲਵੇ ਸਟੇਸ਼ਨ ਤੇ ਪਹੁੰਚਦੀ ਹੈ ਆਪਣੀ ਪਹਿਚਾਣ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ, ਬੁਰਖਾ ਪਾ ਕੇ ਭੱਜਣ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਲੋਕਾਂ ਨੂੰ ਸ਼ੱਕ ਹੁੰਦਾ ਹੈ ਤਾਂ ਲੋਕਾਂ ਨੇ ਵੱਲੋਂ ਉਸ ਤੇ ਪਹਿਚਾਣ ਮੰਗੀ ਜਾਂਦੀ ਹੈ ਤੇ ਜਦੋਂ ਪਹਿਚਾਣ ਤੋਂ ਬਾਅਦ ਪੁੱਛਤਾਛ ਕੀਤੀ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਲੜਕੀ ਉਹੀ ਲੜਕੀ ਹੈ ਜਾਂ ਇਹ ਕੁੜੀ ਉਹੀ ਕੁੜੀ ਹੈ ਜਿਸ ਦੇ ਪਤੀ ਦੇ ਵੱਲੋਂ ਥਾਣੇ ਦੇ ਵਿੱਚ ਕੰਪਲੇਂਟ ਦਰਜ ਕਰਵਾਈ ਗਈ ਹੈ ਕਿ ਇਹ ਕਾਫੀ ਦਿਨਾਂ ਤੋਂ ਘਰ ਤੋਂ ਲਾਪਤਾ ਹੈ, ਖੋਰੇ ਕਿੱਥੇ ਉਹ ਪਰ ਮੁਸ਼ਕਲਾਂ ਦੇ ਵਿੱਚ ਨਾ ਹੋਵੇ। ਪਤੀ ਦੇ ਵੱਲੋਂ ਇਹ ਦਰਜ ਕਰਵਾਈ ਗਈ ਸੀ ਮਾਮਲਾ। ਇਸ ਤੋਂ ਬਾਅਦ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਦਾ ਹੈ ਕਿ ਉਹ ਤਾਂ ਇਸ਼ਕ ਦੇ ਵਿੱਚ ਅੰਨੀ ਹੋ ਕੇ ਮੁਸਲਿਮ ਲੜਕੇ ਦੇ ਨਾਲ ਫਰਾਰ ਹੋਣ ਦੀ ਕੋਸ਼ਿਸ਼ ਕਰਦੀ ਹੈ, ਜਿਸ ਤੋਂ ਬਾਅਦ ਜੋ ਕਹਿ ਲਈਏ ਕਿ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚਦੇ ਨੇ, ਚੰਗੀ ਤਰ੍ਹਾਂ ਲੜਕੀ ਸਣੇ ਉਸਦੇ ਆਸ਼ਿਕ ਦਾ ਕੁੱਟ ਕਟਾਪਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਹ ਮਾਮਲੇ ਦੀ ਰਿਪੋਰਟ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਜਾਂਦੀ ਹੈ। ਉੱਥੇ ਤੁਹਾਨੂੰ ਦੱਸ ਕੇ ਪਛਾਣ ਛੁਪਾਉਣ ਦੇ ਲਈ ਬੁਰਕਾ ਪਾ ਕੇ ਭੱਜ ਰਹੇ ਸਨ ਦੋਵੇਂ ਲੜਕਾ ਤੇ ਲੜਕੀ। ਮੌਕੇ ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਔਰਤ ਵੀਰਵਾਰ ਨੂੰ ਬੱਚਿਆਂ ਨੂੰ ਛੱਡ ਕੇ ਜਿਸ ਦੇ ਨਾਲ ਸੰਬੰਧ ਸਨ ਪਰਿਵਾਰ ਨੇ ਥਾਣੇ ਦੇ ਵਿੱਚ ਟਿੱਬਾ ਦੇ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਸੀ। ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਘਰ ਦੇ ਨੇੜੇ ਹੀ ਰਹਿੰਦਾ ਮੁਸਲਿਮ ਨੌਜਵਾਨ ਦੇ ਨਾਲ ਫਰਾਰ ਹੋ ਗਈ ਹੈ, ਜਿਸ ਤੋਂ ਬਾਅਦ ਉਸਨੇ ਨੌਜਵਾਨਾਂ ਦਾ ਫੋਨ ਨੰਬਰ ਪੁਲਿਸ ਨੂੰ ਦੇ ਦਿੱਤਾ। ਸ਼ੁੱਕਰਵਾਰ ਨੂੰ ਪੁਲਿਸ ਨੂੰ ਮੋਬਾਈਲ ਲੋਕੇਸ਼ਨ ਤੋਂ ਪਤਾ ਲੱਗਦਾ ਕਿ ਦੋਵੇਂ ਰੇਲਵੇ ਸਟੇਸ਼ਨ ਉੱਤੇ ਹਨ ਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਦੋਵੇਂ ਐਕਸਪ੍ਰੈਸ ਦੇ ਵਿੱਚ ਸਵਾਰ ਹੋ ਕੇ ਬਿਹਾਰ ਵੱਲ ਜਾ ਰਹੇ ਸਨ। ਇਸ ਤੋਂ ਪਹਿਲਾਂ ਕਿ ਉਹ ਜਾਂਦੇ ਤਾਂ ਮਹਿਲਾ ਦੇ ਪਰਿਵਾਰਕ ਮੈਂਬਰ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਤੇ ਦੋਹਾਂ ਨੂੰ ਫੜਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਹਾਂ ਦੇ ਕਾਫੀ ਕੁੱਟ ਕਟਾਪਾ ਵੀ ਕੀਤਾ, ਜਿਸ ਤੋਂ ਬਾਅਦ ਥਾਣੇ ਦੇ ਵਿੱਚ ਰਿਪੋਰਟ ਵੀ ਦਰਜ ਕਰਵਾਈ। ਥਾਣਾ ਟਿੱਬਾ ਦੇ ਇੰਚਾਰਜ ਲਵਦੀਪ ਸਿੰਘ ਨੇ ਦੱਸਿਆ ਕਿ ਔਰਤ ਦੇ ਪਰਿਵਾਰ ਵਾਲਿਆਂ ਨੇ ਵੀਰਵਾਰ ਨੂੰ ਉਹਨਾਂ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਸੰਬੰਧ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਉਦੋਂ ਉਹਨਾਂ ਪਹਿਲਾਂ ਨੌਜਵਾਨਾਂ ਨੂੰ ਫੋਨ ਕਰਕੇ ਥਾਣੇ ਆਉਣ ਲਈ ਕਿਹਾ, ਪਰ ਉਹਨਾਂ ਨੇ ਬਹਾਨਾ ਬਣਾ ਦਿੱਤਾ। ਪਰ ਜਦੋਂ ਪਤਾ ਲੱਗਦਾ ਹੈ ਕਿ ਮਹਿਲਾ ਦੇ ਪਰਿਵਾਰਕ ਮੈਂਬਰ ਉੱਥੇ ਲੱਭ ਰਹੇ ਨੇ ਰੇਲਵੇ ਸਟੇਸ਼ਨ ਦੇ ਵਿੱਚ, ਤਾਂ ਚੰਗੀ ਤਰ੍ਹਾਂ ਆਸ਼ਕ ਸਣੇ ਮਾਂ ਦਾ ਵੀ ਕੁੱਟ ਕਟਾਪਾ ਕੀਤਾ। ਪਰ ਉੱਥੇ ਹੀ ਹੈਰਾਨ ਕਰਨ ਦੀ ਗੱਲ ਤਾਂ ਸੋਚਣ ਵਾਲੀ ਤਾਂ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਮਾਵਾਂ ਬੱਚਿਆਂ ਦੇ ਖਾਤਰ ਜ਼ਿੰਦਗੀ ਬਾਰ ਦਿੰਦੀ ਹੈ, ਆਪਣਾ ਤੱਕ ਨਹੀਂ ਸੋਚਦੀ, ਢਿੱਡ ਆਪਣਾ ਨਹੀਂ ਭਰਦੀ, ਬੱਚਿਆਂ ਨੂੰ ਰੋਟੀ ਦਿੰਦੀ ਹੈ, ਪਰ ਉੱਥੇ ਅੱਜ ਕੱਲ੍ਹ ਦੇ ਵਿੱਚ ਮਾਵਾਂ ਆਪਣੇ ਆਸ਼ਕ ਦੇ ਖਾਤਰ ਕਿਤੇ ਬੱਚੇ ਮਰਵਾ ਦਿੰਦੀ ਹੈ, ਕਿਤੇ ਬੱਚਿਆਂ ਨੂੰ ਛੱਡ ਕੇ ਫਰਾਰ ਹੋ ਜਾਂਦੀ ਹੈ। ਇਸ ਤਰੀਕੇ ਦੀ ਤਮਾਮ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਟੀਵੀ ਐਨਆਰਆਈ ਦੇ ਨਾਲ। ਪੰਡਿਤ ਨਾਰਾਇਣ ਸ਼ਰਮਾ ਜੀ, ਸਪੈਸ਼ਲਿਸਟ ਲਵ ਮੈਰਿਜ ਦੇ ਮਾਸਟਰ ਕਿੰਗ, ਵਸ਼ੀਕਰਨ ਮੁੱਠ ਕਰਨੀ, ਪ੍ਰੇਮ ਵਿਵਾਹ, ਮਨਚਾਹਾ ਪਿਆਰ, ਕਾਲਾ ਜਾਦੂ, ਕੰਮ ਦੇ ਵਿੱਚ ਰੁਕਾਵਟ, ਪਤੀ ਪਤਨੀ ਚ ਅਨਬਨ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕੀਤਾ ਕਰਾਇਆ, ਨੌਕਰੀ ਦੇ ਵਿੱਚ ਸਮੱਸਿਆ, ਪਿਆਰ ਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਕਾਲ ਕਰਨ। ਏ ਟੂ ਜ਼ੈਡ ਸਮੱਸਿਆ ਦਾ ਸਮਾਧਾਨ, ਹਰ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆ ਦਾ ਹੱਲ। ਕਾਲ ਕਰੋ 92569 63 400 70।